ਰਾਜਾਂ ਦੀ ਨਾਬਾਲਿਗ ਕੁੜੀ ਨੂੰ ਆਸ਼ਿਕ ਨੇ ਮਾਰੇ ਚਾਕੂ, ਮੌਕੇ ਤੇ ਹੀ ਕੁੜੀ ਦੀ ਮੌਤ ਹੋ ਜਾਂਦੀ ਹੈ। ਇਹ ਸਭ ਕੁਝ ਉਸਦੇ ਨਾਲ ਜਾ ਰਹੀ ਭੈਣ ਦੇਖ ਲੈਂਦੀ ਹੈ ਤੇ ਉਸ ਨੂੰ ਗਹਿਰਾ ਸਦਮਾ ਲੱਗਦਾ ਹੈ ਤੇ ਅਗਲੇ ਦਿਨ ਸਵੇਰ ਉਸਦੀ ਵੀ ਮੌਤ ਹੋ ਜਾਂਦੀ ਹੈ। ਤਾਂ 24 ਘੰਟਿਆਂ ਦੇ ਅੰਦਰ ਇੱਕੋ ਘਰ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ ਤੇ ਦੋਨੇ ਹੀ ਨਾਬਾਲਗ ਕੁੜੀਆਂ ਸੀ। ਦਰਅਸਲ ਇੱਕ ਪਰਿਵਾਰ ਜੋ ਕਿ ਪਟਿਆਲੇ 'ਚ ਰਹਿੰਦਾ ਸੀ, ਉਹਨਾਂ ਦੀਆਂ ਦੋ ਧੀਆਂ ਸਨ। ਇੱਕ ਦੀ ਉਮਰ 6 ਸਾਲ ਤੇ ਦੂਜੇ ਦੀ 15 ਸਾਲ। 15 ਸਾਲ ਦੀ ਕੁੜੀ ਥੋੜੇ ਚਿਰ ਪਹਿਲਾਂ ਇੱਕ ਨੌਜਵਾਨ ਦੇ ਨਾਲ ਘਰੋਂ ਭੱਜ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਕਾਰਵਾਈ ਕਰਵਾਉਂਦਾ ਹੈ ਅਤੇ ਪੁਲਿਸ ਦੀ ਮਦਦ ਦੇ ਨਾਲ ਕੁੜੀ ਨੂੰ ਘਰ ਵਾਪਸ ਲਿਆਇਆ ਜਾਂਦਾ ਹੈ, ਕਿਉਂਕਿ ਕੁੜੀ ਨਾਬਾਲਗ ਹੁੰਦੀ ਹੈ ਤਾਂ ਮੁੰਡੇ ਤੇ ਕੇਸ ਵੀ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਮੁੰਡੇ ਦੇ ਇਹ ਗੱਲ ਘਰ ਕਰ ਗਈ ਅਤੇ ਉਸਨੇ ਬਦਲਾ ਲੈਣ ਦੀ ਠਾਣ ਲਈ। ਮੁੰਡੇ ਨੇ ਕੁਝ ਦਿਨਾਂ ਇੰਤਜ਼ਾਰ ਕੀਤਾ, ਰੇਕੀ ਕੀਤੀ ਅਤੇ ਉਸ ਤੋਂ ਬਾਅਦ ਜਦ ਕੁੜੀ ਆਪਣੀ ਨਿੱਕੀ ਭੈਣ ਦੇ ਨਾਲ ਕਿਤੇ ਰਾਹ ਦੇ ਵਿੱਚ ਜਾ ਰਹੀ ਸੀ ਤਾਂ ਉਸ ਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ। ਬੜੀ ਬੁਰੀ ਤਰੀਕੇ ਦੇ ਨਾਲ, ਬੇਰਹਿਮੀ ਦੇ ਨਾਲ ਚਾਕੂ ਗੋਦੇ ਗਏ, ਜਿਸ ਤੋਂ ਬਾਅਦ ਕੁੜੀ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਕੁੜੀ ਦੀ ਮੌਤ ਹੋ ਜਾਂਦੀ ਹੈ। ਆਪਣੀ ਭੈਣ ਦੇ ਚਾਕੂ ਵੱਜਦੇ ਦੇਖ ਛੋਟੀ ਭੈਣ ਸਦਮੇ ਦੇ ਵਿੱਚ ਚਲੀ ਜਾਂਦੀ ਹੈ ਤੇ ਅਗਲੇ ਦਿਨ 6 ਸਾਲਾਂ ਦੀ ਕੁੜੀ ਦੀ ਸਦਮੇ ਕਰ ਮੌਤ ਹੋ ਜਾਂਦੀ ਹੈ। ਤਾਂ ਮਾਮਲਾ ਪਟਿਆਲਾ ਦੀ ਭਾਈ ਬੀਰ ਸਿੰਘ ਬੁੱਧ ਸਿੰਘ ਕਲੋਨੀ ਦਾ ਹੈ, ਜਿੱਥੋਂ ਦੀ ਇੱਕ ਕੁੜੀ ਨੂੰ ਉਸਦਾ ਆਸ਼ਿਕ, ਜੋ ਕਿ ਹਾਲੇ ਕੁੜੀ 15 ਸਾਲ ਦੀ ਸੀ, ਉਸ ਨੂੰ ਚਾਕੂ ਮਾਰ ਦਿੰਦਾ ਹੈ, ਜਿਸ ਤੋਂ ਬਾਅਦ ਕੁੜੀ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ ਅਤੇ ਪੁਲਿਸ ਦੇ ਨਾਲ ਨਾਲ ਸਿਆਸੀ ਪਾਰਟੀਆਂ ਦੇ ਆਗੂ ਵੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਪਹੁੰਚੇ ਨੇ, ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ ਰਹੇ ਨੇ। ਪੰਜਾਬ ਮਹਿਲਾ ਮੋਰਚਾ ਭਾਜਪਾ ਪ੍ਰਧਾਨ ਬੀਬਾ ਜੈਇੰਦਰ ਕੌਰ ਵੀ ਪਹੁੰਚੇ ਨੇ, ਜੋ ਕਿ ਕੈਪਟਨ ਅਮਰਿੰਦਰ ਦੇ ਧੀ ਨੇ। ਆਮ ਆਦਮੀ ਪਾਰਟੀ ਦੇ ਵੀ ਜਿਹੜੇ ਸ਼ਹਿਰੀ ਪ੍ਰਧਾਨ ਨੇ ਉਹ ਵੀ ਪਹੁੰਚੇ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਬੜੀ ਬੁਰੀ ਘਟਨਾ ਹੋਈ ਹੈ ਜੀ, ਇੱਕ ਬੱਚੇ ਦੀ ਜਾਨ ਜਾਣੀ ਮਾਂ ਬਾਪ ਵਾਸਤੇ ਕਿੰਨੀ ਦੁੱਖ ਭਰੀ ਗੱਲ ਹੁੰਦੀ ਹੈ, ਔਰ ਇਹਨਾਂ ਦੀ ਤਾਂ ਦੋ ਬੱਚੀਆਂ ਗਈਆਂ। ਕੱਲ ਜੋ ਇਹ ਕਹਿ ਰਹੇ ਸੀਗੇ, ਮੰਦਿਰ ਤੋਂ ਵਾਪਸ ਆ ਰਹੇ ਸੀ ਬੱਚੀਆਂ, ਔਰ ਉਹ ਰਸਤੇ 'ਚ ਜਾਣ ਪਹਿਚਾਣ ਵਾਲਾ ਇੱਕ ਮੁੰਡਾ ਮਿਲ ਗਿਆ, ਉਸਨੇ ਚਾਕੂ ਮਾਰਤਾ ਵੱਡੀ ਬੇਟੀ ਨੂੰ, ਉਹ ਤਾਂ ਉੱਥੇ ਖਤਮ ਹੋ ਗਈ। ਛੋਟੀ ਸਭ ਤੋਂ ਛੋਟੀ ਸੀ, ਉਹਨੂੰ ਸਦਮਾ ਇੰਨਾ ਲੱਗਿਆ ਅਤੇ ਉਹ ਵੀ ਖਤਮ ਹੋ ਗਈ। ਅਸੀਂ ਹਮਦਰਦੀ ਕਰਨ, ਦੇਖੋ ਇੱਥੇ ਕੋਈ ਪਾਰਟੀਬਾਜ਼ੀ ਨਹੀਂ, ਕੁਛ ਨਹੀਂ, ਅਸੀਂ ਆਏ ਹਾਂ, ਸਾਨੂੰ ਪਤਾ ਲੱਗਿਆ ਸਾਡੀ ਭੈਣ ਦਾ ਇਹਨਾਂ ਨਾਲ ਇਹ ਹਾਦਸਾ ਹੋਇਆ ਰਾਤ, ਮੈਂ ਉਸ ਕਰਕੇ ਆਈ ਹਾਂ, ਇਹਨਾਂ ਦੀ ਜੋ ਮਦਦ ਕਰ ਸਕਦੇ ਹਾਂ ਅਸੀਂ ਉਹਦੇ 'ਤੇ ਲੱਗੇ ਹੋਏ ਹਾਂ। ਬਿਲਕੁਲ, ਬੜੀ ਮੰਦਭਾਗੀ ਘਟਨਾ ਸੀਗੀ, ਬਹੁਤ ਜਿਹੜਾ ਇੱਕ ਕ੍ਰਾਈਮ ਕੀਤਾ ਗਿਆ। ਸੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹਾਂ ਅਤੇ ਨਾਲ ਹੀ ਅਸੀਂ ਅੱਜ ਪ੍ਰਸ਼ਾਸਨ ਨੂੰ ਵੀ ਜਿਹੜੀ ਜ਼ੋਰ ਦੇ ਕੇ ਕਿਹਾ ਕਿ ਜਲਦ ਤੋਂ ਜਲਦ ਜਿਹੜੀ ਇਹਦੀ ਕਾਰਵਾਈ ਮੁਕੰਮਲ ਕੀਤੀ ਜਾਵੇ ਅਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬਣਦੀ ਸਜ਼ਾ, ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ। ਹੁਣ ਜਿਹੜੀ ਮਾਤਾ ਨੂੰ, ਬੱਚਿਆਂ ਦੀ ਮਾਤਾ ਨੂੰ ਮਿਲ ਕੇ ਆਏ ਹਾਂ, ਉਹਨਾਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਅਤੇ ਸਰਕਾਰ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਡਟ ਕੇ ਖੜੀ ਹੈ। ਸੋ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਅਣਗਹਿਲੀ ਕਿਸੇ ਵੀ ਅਫਸਰ ਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਤੇ ਨਾਲ ਇਹ ਵੀ ਪ੍ਰਸ਼ਾਸਨ ਨੂੰ, ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ PCR ਦੀ ਜਿਹੜੀ ਆ ਉਹ ਆਪਸ ਦੇ ਵਿੱਚ ਦੋਸਤ ਸੀ ਜੀ, ਜਿਹੜੇ ਪਰਿਵਾਰ ਤੋਂ ਪਤਾ ਲੱਗਿਆ ਕਿ ਉਹਨਾਂ ਨੇ ਕੋਈ ਛੋਟੀ ਉਮਰ ਦੇ ਸੀ ਦੋਨੋਂ, ਕੁੜੀ ਵੀ ਜਿਹੜੀ 15 ਕੁ ਸਾਲ ਦੀ ਸੀ ਅਤੇ ਦੂਜੀ ਬੱਚੀ ਜਿਹੜੀ ਸੀ ਉਹ ਬਿਮਾਰ ਵੀ ਸੀ ਅਤੇ ਨਾਲ ਉਹਨੇ ਮੌਕੇ ਵਾਰਦਾਤ 'ਤੇ ਸੀ ਉੱਥੇ
ਤੇ ਉਹ ਦਹਿਲ ਨਾਲ ਹੀ ਜਿਹੜੇ ਉਹ ਬੱਚੀ ਦਾ ਪਤਾ ਲੱਗਿਆ ਕਿ ਉਹ ਡੈਥ ਹੋ ਗਈ ਹੈ ਜੀ। ਕਿ ਸਲਮਾ ਡਾਟਰ ਆਫ ਪੰਕਜ ਵੀਰ ਸਿੰਘ ਕਾਲਨੀ ਦੀ ਰਹਿਣ ਵਾਲੀ ਸੀਗੀ। ਕਿਸੇ ਅਰੁਣ ਕੁਮਾਰ ਬੰਦੇ ਨੇ ਉਹਦੇ ਉੱਤੇ ਕਿਸੇ ਤੇਜ਼ਦਾਰ ਹਥਿਆਰ ਨਾਲ ਹਮਲਾ ਕਰਕੇ ਇੰਜਰਡ ਕੀਤਾ ਹੈ। ਬਾਅਦ 'ਚ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਹੋਸਪਿਟਲ 'ਚ ਕੁੜੀ ਦੀ ਮੌਤ ਹੋ ਗਈ। ਜਦੋਂ ਇਹਦੇ ਵਿੱਚ ਪਰਚਾ ਨੰਬਰ 44 ਅੰਡਰ ਸੈਕਸ਼ਨ 302 ਦਰਜ ਕਰਕੇ ਪੜਤਾਲ ਕੀਤੀ ਗਈ, ਤਾਂ ਇਨੀਸ਼ੀਅਲ ਪੜਤਾਲ 'ਚ ਸਾਹਮਣੇ ਇਹ ਆਇਆ ਕਿ ਸਲਮਾ ਜਿਹਦੀ ਉਮਰ 15-16 ਸਾਲ ਦੀ ਹੈ ਉਹਦੀ ਅਰੁਣ ਕੁਮਾਰ ਨਾਲ ਦੋਸਤੀ ਸੀਗੀ। ਬਾਅਦ 'ਚ ਉਹਨਾਂ ਦੇ ਵਿੱਚ ਕੁਛ ਤਕਰਾਰ ਹੋ ਗਿਆ ਔਰ ਕੱਲ੍ਹ ਸ਼ਾਮੀ ਜਦੋਂ ਉਹ ਆਪਣੇ ਘਰ ਦੇ ਨੇੜੇ ਗਲੀ ਵਿੱਚ ਜਾ ਰਹੀ ਸੀਗੀ ਤਾਂ ਉੱਥੇ ਅਰੁਣ ਅਤੇ ਸਲਮਾ ਦੇ ਵਿਚਕਾਰ ਬੋਲ ਬੁਲਾਰਾ ਹੋ ਗਿਆ, ਉੱਥੇ ਝਗੜਾ ਸਾ ਹੋ ਗਿਆ ਔਰ ਅਰੁਣ ਨੇ ਕੁਛ ਤੇਜ਼ਦਾਰ ਹਥਿਆਰ ਨਾਲ ਸਲਮਾ ਦੇ ਉੱਤੇ ਹਮਲਾ ਕਰਤਾ, ਜਿਸ ਕਰਕੇ ਉਸਦੀ ਮੌਤ ਹੋ ਗਈ। ਇਹ ਕਾਫੀ ਮੰਦਭਾਗੀ ਘਟਨਾ ਸੀਗੀ ਔਰ ਅੱਜ ਮੋਰਨਿੰਗ ਸਾਨੂੰ ਇੱਕ ਇਨਫੋਰਮੇਸ਼ਨ ਔਰ ਮਿਲੀ ਹੈ ਕਿ ਸਲਮਾ ਦੀ ਛੋਟੀ ਸਿਸਟਰ ਹੁਸਨਪ੍ਰੀਤ, ਜਿਸ ਦੀ ਉਮਰ ਲਗਭਗ 7-8 ਸਾਲ ਹੈ, ਉਸਦੀ ਵੀ ਸਦਮੇ ਕਰਕੇ ਮੌਤ ਹੋ ਗਈ ਹੈ। ਤੋ ਦੇਖੋ ਜੀ, ਪੁਲਿਸ ਪਰਚਾ ਦਰਜ ਕਰ ਚੁੱਕੀ ਹੈ, ਬਾਈ ਨੇਮ ਪਰਚਾ ਦਰਜ ਹੋਇਆ ਹੈ ਅੰਡਰ ਸੈਕਸ਼ਨ 302 ਔਰ ਵੱਖ ਵੱਖ ਟੀਮਾਂ ਪੁਲਿਸ ਦੀ ਮਲਟੀਪਲ ਥਾਂ 'ਤੇ ਰੇਡ ਕਰ ਰਹੀ ਹੈ। ਅਸੀਂ ਕੌਨਫੀਡੈਂਟ ਹੈ ਕਿ ਜਲਦ ਤੋਂ ਜਲਦ ਅਕਿਊਜ਼ ਨੂੰ ਅਰੈਸਟ ਕੀਤਾ ਜਾਵੇ। ਕਿਸੇ ਚੀਜ਼ ਗ੍ਰਿਫਤਾਰੀ ਹੋਈ ਹੈ ਸਰ? ਨਹੀਂ ਜੀ, ਰੇਡ ਕਰ ਰਹੇ ਸੀ। ਜਿਹੜੀ ਦੂਸਰੀ ਕਹਿੰਦੇ ਗੁਜਰੀ ਹੈਗੀ, ਉਸ ਨੂੰ ਲੈ ਕੇ ਪੁਲਿਸ ਕੀ ਮਾਮਲਾ ਦਰਜ ਕਰੇਗੀ? ਅਸੀਂ ਵੇਰੀਫਾਈ ਕਰਾਂਗੇ, ਜੇਰਾ ਸੈਕਸ਼ਨ ਦੇ ਤਹਿਤ ਜੋ ਮਾਮਲਾ ਬਣਦਾ ਸੀ ਦਰਜ ਕਰਾਂਗੇ, ਲੀਗਲ ਐਕਟ ਕਾਨੂੰਨੀ ਕਾਰਵਾਈ ਹੋਏਗੀ ਇਹਦੇ ਵਿੱਚ। ਜਿਹੜਾ ਤੇਜ਼ਦਾਰ ਹਥਿਆਰ ਨਾਲ ਵਾਰ ਹੋਇਆ, ਮਲਟੀਪਲ ਵਾਰ ਨੇ ਕਿ ਇੱਕ ਦਾ ਵਾਰ? ਹਾਂਜੀ, ਪੋਸਟਮਾਰਟਮ ਹੋਣਾ ਹੈ, ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ।